ਅੱਜ ਦੀ ਅੰਜੀਲ ਦੀ ਆਖਰੀ ਵਚਨ ਯੂਹੰਨਾ 1:51 ਹੈ। ਫਰਿਸ਼ਤਿਆਂ ਦੀ ਚੜ੍ਹਾਈ ਅਤੇ ਉਤਰਾਈ ਦੀ ਤਸਵੀਰ ਖੁਦਾ ਅਤੇ ਮਨੁੱਖਾਂ ਵਿਚਕਾਰ ਨਿਰੰਦਰ ਅਤੇ ਖੁੱਲ੍ਹੇ ਸੰਚਾਰ ਨੂੰ ਦਰਸਾਉਂਦੀ ਹੈ। ਸਵਰਗ ਅਤੇ ਧਰਤੀ ਦੇ ਵਿਚਕਾਰ ਦੀਆਂ ਰੁਕਾਵਟਾਂ ਨੂੰ ਯੀਸੂ ਦੁਆਰਾ ਹਟਾ ਦਿੱਤਾ ਗਿਆ ਹੈ, ਜਿਸ ਨਾਲ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਖੁਦਾ ਦੀ ਮੌਜੂਦਗੀ ਦਾ ਅਨੁਭਵ ਕਰ ਸਕਦੇ ਹਾਂ। ਇਹ ਵਚਨ ਸਾਨੂੰ ਖੁਦਾ ਦੇ ਰਾਜ ਦੇ ਪੁੱਲ ਵਜੋਂ ਯੀਸੂ ਵਿੱਚ ਸਾਡੀ ਨਿੱਛਾ ਨੂੰ ਡੂੰਘਾ ਕਰਨ ਲਈ ਕਹਿੰਦੀ ਹੈ। ਇਹ ਸਾਨੂੰ ਹਰ ਚੀਜ਼ ਵਿੱਚ ਯੀਸੂ ਨੂੰ ਪਾਲਣ ਅਤੇ ਸੁਰਗ ਨੂੰ ਸਾਡੇ ਪਹੁੰਚ ਵਿੱਚ ਬਣਾਉਣ ਵਾਲੇ ਉਸ ਦੀ ਅਗਵਾਈ ਵਿੱਚ ਭਰੋਸਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਸੀਂ ਪ੍ਰਾਰਥਨਾ ਕਰੀਏ। ਮੇਰੇ ਪ੍ਰਭੂ ਯੀਸੂ, ਅੱਜ ਮੈਨੂੰ ਤੁਹਾਡੇ ਵਾਂਗ ਜੋ ਸਾਰੀ ਸ੍ਰਿਸ਼ਟੀ ਲਈ ਖੁਦਾ ਦੀ ਮੌਜੂਦਗੀ ਦਾ ਕੇਂਦਰ ਹੈ, ਮੇਰੇ ਆਲੇ ਦੁਆਲੇ ਲੋਕਾਂ ਲਈ ਭਾਈਚਾਰੇ ਦਾ ਪ੍ਰਤੀਕ ਵਜੋਂ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।